ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਆਰ ਭਰੀ, ਮੈਂ ਅਮਰੀਕ ਸੈਣੀ। ਅਤੇ ਚਲੋ ਅੱਜ ਆਪਾਂ ਬਣਾਉਂਦੇ ਹਾਂ ਕੋਈ ਬੀਟ ਬਣਾਉਂਦੇ ਹਾਂ, ਠੀਕ ਹੈ ਜੀ। ਇੱਕ ਲੂਪ ਤੋਂ ਬੀਟ ਬਣਾਵਾਂਗੇ, ਇੱਕ ਪ੍ਰੋਪਰ ਗਾਣਾ ਕਿਵੇਂ ਬਣਦਾ ਅੱਜ ਆਪਾਂ ਗੱਲ ਕਰਾਂਗੇ ਉਹਨੂੰ ਲੈ ਕੇ। ਚਲੋ ਸਭ ਤੋਂ ਪਹਿਲਾਂ ਆਪਾਂ ਕੋਈ ਸਿਲੈਕਟ ਕਰਦੇ ਹਾਂ, ਕੋਈ ਵਧੀਆ ਜਿਹਾ ਲੂਪ ਮਿਲ ਜਾਵੇ ਆਪਾਂ ਨੂੰ। ਲਓ ਜੀ, ਆਪਾਂ ਨੂੰ ਮਿਲ ਗਿਆ 96 'ਤੇ ਡੀ ਮਾਈਨਰ 'ਤੇ ਪਿਆਨੋ ਹੈ, ਠੀਕ ਹੈ। ਇੱਕ ਮਿੰਟ, ਪਹਿਲਾਂ ਆਪਾਂ ਇੱਥੇ 90 ਕਰ ਦਾਂਗੇ, 6 ਠੀਕ ਹੈ ਜੀ। ਥੋੜ੍ਹੀ ਸੈਟਿੰਗ ਕਰਾਂਗੇ, ਕਟਿੰਗ ਸ਼ਟਿੰਗ ਕਰਕੇ, ਸੈਂਪਲਿੰਗ ਇਹਨੂੰ ਕਹਿੰਦੇ ਆ, ਸੈਂਪਲਿੰਗ ਕਰਨਾ। ਥੋੜ੍ਹਾ ਬਹੁਤਾ ਸਾਊਂਡ ਚੇਂਜ ਕਰਤੇ, ਆਪਦੀ ਫੀਲਿੰਗ ਹੈ ਕਿਵੇਂ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਹੁਣ ਆਪਾਂ ਡਰਮ ਬੀਟ ਬਣਾਉਂਦੇ ਹਾਂ। ਲੂਪ ਮਿਲ ਗਿਆ, ਤੁਹਾਡੇ ਕੋਲ ਲਿਰਿਕਸ ਪਏ ਆ, ਤੁਸੀਂ ਕੰਪੋਜ਼ ਕਰਨਾ ਇਸ 'ਤੇ। ਕਿਵੇਂ ਕੰਪੋਜ਼ ਕਰਨਾ, ਸੁਣਨਾ ਵਾਈਬ ਲੈਣੀ ਹੈ। ਜਿਹਨਾਂ ਜਿਹਨਾਂ ਤੁਸੀਂ ਸੁਣੀ ਜਾਓਗੇ, ਤੁਹਾਨੂੰ ਆ ਕੰਪੋਜੀਸ਼ਨ ਮਾਇੰਡ 'ਚ ਆਟੋਮੈਟਿਕ ਲਿਆਉਂਦੇ। ਮੰਨ ਲਓ ਮੇਰੇ ਕੋਲ ਲਿਰਿਕਸ ਪਿਆ ਏ, ਤੂੰ ਚੰਨ ਵਰਗੀ ਅਸੀਂ। ਮੈਂ ਵੈਸੇ ਮੈਨੂੰ ਕੁਛ ਲਿਖਣਾ ਨਹੀਂ ਆ ਰਿਹਾ, ਮੈਂ ਇੱਦਾਂ ਹੀ ਤੁਹਾਨੂੰ ਇੱਕ ਵੇਅ ਦੱਸ ਰਿਹਾ ਕਿੱਦਾਂ। ਮੰਨ ਲਓ ਕੋਈ ਆਪਾਂ ਕੁਛ ਵੀ ਲਿਖ ਲਓ, ਤੇਰਾ ਚੰਨ ਜਿਹਾ ਮੁੱਖੜਾ, ਜਿਹਨੂੰ ਦੇਖ ਟੁੱਟਦਾ ਏ ਦੁੱਖੜਾ। ਮੰਨ ਲਓ ਆਪਣੇ ਆਪਣੇ ਲਿਰਿਕਸ ਉਹਨੂੰ ਆਪਾਂ ਕੰਪੋਜ਼ ਕਰਨਾ, ਕਿਵੇਂ ਕਰਾਂਗੇ ਸਾਰਾ ਸੁਣਾਂਗੇ। ਮਨ 'ਚ ਮੈਲੋਡੀ ਗੁਣਗੁਣਾਉਣੀ ਹੈ, ਤੇਰਾ ਚੰਨ ਜਿਹਾ ਮੁੱਖੜਾ, ਜਿਹਨੂੰ ਦੇਖ ਟੁੱਟ ਦੁੱਖੜਾ। ਤੇਰਾ ਚੰਨ ਜਿਹਾ ਮੁੱਖੜਾ, ਜਿਹਨੂੰ ਦੇਖ ਟੁੱਟੇ ਦੁੱਖੜਾ। ਇੱਕ ਆਹ ਕੰਪੋਜੀਸ਼ਨ ਹੋ ਗਈ, ਇੱਕ ਹੋਰ ਬਣਾ ਕੇ ਦਿਖਾਉਂਦਾ। ਤੇਰਾ ਚੰਨ ਜਿਹਾ ਮੁੱਖੜਾ, ਜਿਹਨੂੰ ਟੁੱਟ ਦੇਖ ਟੁੱਟਦਾ ਦੁੱਖੜਾ। ਤੇਰਾ ਚੰਨ ਜਿਹਾ ਮੁੱਖੜਾ, ਜਿਹਨੂੰ ਦੇਖ ਟੁੱਟਦਾ ਦੁੱਖੜਾ। ਮਤਲਬ ਤੁਹਾਡੀ ਆਪ ਦੀ ਫੀਲਿੰਗ ਹੈ, ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ, ਗਾਣੇ ਸੁਣੋਗੇ, ਤੁਹਾਨੂੰ ਆਟੋਮੈਟਿਕਲੀ ਕੰਪੋਜੀਸ਼ਨ ਤੁਹਾਡੇ ਨਿਕਲਣਗੀਆਂ, ਹੈ ਨਾ, ਜੋ ਵੀ ਹੈ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਡਰਮ ਬੀਟ ਬਣਾਉਂਦੇ ਹਾਂ, ਅਤੇ ਆ ਜਾਓ ਫਿਰ ਡਰਮ ਚੱਕਦੇ ਹਾਂ ਕਿੱਥੋਂ ਤੋਂ ਵੀ ਮਿਲ ਗਏ ਹਿਪ ਹੋਪ। ਆਪਾਂ ਡਰਮ ਲੂਪ ਵੀ ਲੈ ਸਕਦੇ ਹਾਂ ਜੇ 90। ਹੁਣ ਮੈਂ ਤੁਹਾਨੂੰ, ਮੰਨ ਲਓ ਮੈਨੂੰ ਆਹ ਪਸੰਦ ਆ ਗਿਆ ਲੂਪ, 150 BPM ਦਾ ਹੈ ਆਪਣਾ ਪ੍ਰੋਜੈਕਟ, ਹੈਗਾ 96 BPM 'ਤੇ। ਅਤੇ ਹੁਣ ਆਪਾਂ ਇਹ 150 ਨੂੰ 96 ਕਿਵੇਂ ਕਰਾਂਗੇ, ਕਈ ਵੀਰਾਂ ਨੂੰ ਪਤਾ ਨਹੀਂ ਲੱਗਦਾ BPM 'ਚ ਕਰਨਾ। ਕੁਛ ਨਹੀਂ ਕਰਨਾ, ਕੋਈ ਵੀ ਲੂਪ ਹੈ ਕੁਛ ਹੈ, ਇਸ 'ਤੇ ਕੋਰਨਰ 'ਤੇ ਜਾਣਾ ਹੈ, ਫਿੱਟ ਟੂ ਟੈਂਪੋ 'ਤੇ ਕਰਨਾ ਆ, ਟਾਈਪ ਇਨ BPM ਆਪਾਂ ਨੇ ਉਰੇ ਟਾਈਪ। ਇੱਕ ਮਿੰਟ ਰੁਕੋ, ਮੈਂ ਥੋੜ੍ਹਾ ਜਿਹਾ, ਹਾਂਜੀ ਆਪਾਂ ਗੱਲ ਕਰਦੇ ਤੇ BPM ਨੂੰ ਲੈ ਕੇ। ਮੰਨ ਲਓ ਆਪਣਾ ਇਹ ਪ੍ਰੋਜੈਕਟ 96 ਦਾ, ਅਤੇ ਲੂਪ 150 ਦਾ, ਫਿੱਟ ਟੈਂਪੋ, ਟਾਈਪ ਇਨ BPM ਕਿੰਨਾ ਹੈ, 150 ਹੈ ਲੂਪ, ਇਹਨੂੰ 150 ਲਿਖਣਾ ਆਪਾਂ ਨੇ, ਐਂਟਰ ਮਾਰ ਦੇਣਾ। ਇਹ ਦੇਖੋ ਤੇ ਉਹਦੇ ਵਿੱਚ ਆ ਗਿਆ BPM 'ਚ, ਠੀਕ ਹੈ। ਆਪਾਂ ਬਣਾਵਾਂਗੇ ਬੇਸ ਲਾਈਨ, ਆਪਾਂ ਨੂੰ ਪਤਾ ਹੋਣਾ ਚਾਹੀਦਾ ਡੀ ਮਾਈਨਰ 'ਤੇ ਆਪਣਾ ਜਿਹੜਾ ਆਪਾਂ ਲਵਾਂਗੇ
3 ਆਕਸੀਲੇਟਰ ਬੜੀ ਘੈਂਟ ਬੇਸ ਹੁੰਦੀ ਹੈ, ਮੇਰਾ ਬਿੱਤਰੋ ਸਭ ਬੇਸ ਟੈਪ ਬਣਦੀ ਹੈ, ਤੁਸੀਂ ਯੂਜ਼ ਕਰ ਸਕਦੇ ਹੋ। ਡੀ ਮਾਈਨਰ ਵੈਸੇ ਕੀ ਆ, ਅੱਜ ਕੱਲ੍ਹ ਇੱਕ ਲੂਪ ਹੁੰਦਾ ਹੈ, ਡਰਮ ਬੀਟ ਹੈ, ਬੇਸ ਹੈ, ਗਾਣਾ ਰੇਡੀ। ਤੇਰਾ ਚੰਨ ਜਿਹਾ ਮੁੱਖੜਾ, ਜਿਹਨੂੰ ਟੁੱਟ ਦੇਖ ਦੁੱਖੜਾ, ਤੇਰਾ ਹੋ ਜੂਗਾ ਮੈਂ ਹੁਣ ਕਰ ਦੇ ਦੀ ਅਰੇਂਜਮੈਂਟ। ਸਭ ਤੋਂ ਪਹਿਲਾਂ ਕੀ ਹੁੰਦਾ, ਲੂਪ ਆਏਗਾ, ਬੀਟ ਆਪਾਂ ਬੀਟ ਕੱਟ ਦੇਣੀ, ਕਿਉਂਕਿ ਬੀਟ ਹਮੇਸ਼ਾ ਹੁੱਕ 'ਤੇ ਦੇਣੀ, ਆਪਾਂ ਨੇ ਪਹਿਲਾਂ ਨਹੀਂ ਸਟਾਰਟ ਕਰ ਦੇਣੀ, ਕਿਉਂਕਿ ਆਡੀਅੰਸ ਨੂੰ ਐਂ ਹੋਵੇ ਮਾੜਾ ਜਿਹਾ ਵੀ ਕੁਛ ਆਏਗਾ ਹੁੱਕ 'ਤੇ, ਹੈ ਨਾ, ਆਡੀਅੰਸ ਨੂੰ ਵੀ ਸਵਾਦ ਦੇਣਾ ਆਪਾਂ ਨੇ। ਆਪਾਂ ਜੇ ਪਹਿਲੀ ਬੀਟ ਚਲਾ ਦਾਂਗੇ ਹੁੱਕ 'ਤੇ, ਉਹ ਜਿਹੜਾ ਮਜ਼ਾ ਬੇਕਰਾਰ ਹੋ ਜਾਂਦਾ। ਸਭ ਤੋਂ ਪਹਿਲਾਂ ਇੱਥੋਂ ਮਤਲਬ ਆਪਣਾ ਇੱਥੋਂ ਕੰਪੋਜੀਸ਼ਨ ਸਟਾਰਟ ਹੋ ਜਾਏਗੀ ਆਪਣੇ ਪਹਿਲੇ ਪੈਰੇ ਤੋਂ। ਠੀਕ ਹੈ ਜੀ, ਹੁਣ ਆਪਾਂ ਕੀ ਕਰਦੇ ਹਾਂ, ਫਿਲਰ ਨਾਲ ਭਰਾ ਕੇ ਗਾਣਾ, ਜਿਹਦੇ ਨਾਲ ਡਾਊਨ ਫਿਲਟਰ ਆਪਣੇ ਕੋਲ ਪਏ ਆ, ਹੈ ਨਾ, ਇੱਦਾਂ ਦੀ ਚੀਜ਼ਾਂ ਗਾਣੇ ਨੂੰ ਫਿਲ ਕਰਦੀਆਂ। ਇਹਨੂੰ ਮੇਕ ਨਿਊ ਕਰਕੇ ਇਹਨੂੰ ਰਿਵਰਸ ਕਰ ਦਾਂਗੇ, ਇੱਕ ਨੂੰ ਇੱਦਾਂ ਰੱਖ ਦਾਂਗੇ। ਠੀਕ ਹੈ ਜੀ, ਆ ਲਓ ਜੀ, ਜਦੋਂ ਇੱਥੋਂ ਸਟਾਰਟ ਹੋ, ਕ੍ਰੈਸ਼ ਕਰੂਸ਼ ਜਿਹੜੇ ਆਪਾਂ ਲਾ ਸਕਦੇ ਹਾਂ, ਹੈ ਨਾ ਜੀ। ਆਪਾਂ ਥੋੜ੍ਹੀ ਢੋਲਕੀ ਟੈਪ ਬਣਾ ਕੇ ਦਿਖਾਉਂਦੇ ਹਾਂ ਨਾਲ ਤੁਹਾਨੂੰ, ਅੱਜ ਢੋਲਕ ਡੀ ਮਾਈਨ ਡੀ 'ਤੇ ਨਾ, ਡੀ 'ਤੇ ਇਹ ਡੀ ਵਾਲੀ ਚੱਕ ਲੈਂਦੇ ਹਾਂ। ਹੁਣ ਤੁਹਾਨੂੰ ਫਿਰ ਦੱਸਿਆ ਮੈਂ ਕਿਵੇਂ 85 ਜਾਂ 96 BPM, ਫਿਰ ਟੈਂਪੋ ਢੋਲਕੀ ਆਪਣੀ 85 ਦੀ 85 ਐਂਟਰ ਕਰਾਂਗੇ। ਆ ਲਓ ਜੀ, ਤੁਹਾਡੀ ਫੀਲਿੰਗ ਕਿੱਦਾਂ ਦਾ, ਤੁਸੀਂ ਗਾਣਾ ਪਸੰਦ ਆ ਤੁਹਾਨੂੰ ਫਲੇਵਰ? ਮੈਂ ਜ਼ਿਆਦਾ ਹਿੱਪ ਹੋਪ, ਡਰਿੱਲ ਬੀਟ, ਰੈਗਾ ਟਾਊਨ ਨੂੰ ਪਸੰਦ ਕਰਦਾ ਹਾਂ। ਪੰਜਾਬੀ ਬੀਟ ਵੀ ਕਦੇ ਕਦੇ ਬਣਾ ਦਈਏ, ਹੁਣ ਮੰਨ ਲਓ ਇੱਥੋਂ ਸਟਾਰਟ ਹੋਊਗਾ। ਉਹ ਚੜ੍ਹਦੀ ਜਵਾਨੀ ਤੇਰੀ ਵੋਲਦੀ ਗੁੜੇ, ਮਿੱਤਰਾਂ ਦੇ ਦਿਲ ਵਿੱਚ ਦੌੜਦੀ ਹੁੜੇ, ਕਰਕੇ ਬਹਾਨੇ ਨਾ ਤੂੰ ਬਾਲ ਲੈ, ਨੰਨਾਣੇ ਨਨਾਣੇ ਵਿੱਚ ਆਈ ਹੋਈ ਹੈ, ਅੱਖ ਮੇਰੀ ਤੇਰੇ ਉੱਤੇ ਆਈ ਹੋਈ ਹੈ, ਤਾਈਓ ਛੱਡੀ ਮੈਂ ਪੜ੍ਹਾਈ। ਇਹ ਤਾਂ ਇੱਕ ਵੈਸੇ ਹੀ ਬਣਾਈ ਜਾ ਰਿਹਾ, ਇਉਂ ਨਾ ਕਰਿਓ। ਇਹ ਤਾਂ ਇੱਕ ਤੁਹਾਨੂੰ ਵੇ ਦੱਸ ਰਿਹਾ ਗਾਣਾ ਬਣਾਉਂਦਾ, ਬਸ ਇਹੀ ਕੁਛ ਹੁੰਦਾ ਗਾਣਾ ਬਣਾਉਂਦਾ। ਪ੍ਰੈਕਟਿਸ ਕਰੋ ਜਿੰਨੀ ਹੋ ਸਕਦੀ, ਅਰੇਂਜਮੈਂਟ ਅਤੇ ਲੈਵਲਿੰਗ ਲੂਵਲਿੰਗ ਕਰਕੇ ਗਾਣੇ ਦੀ ਮਿਕਸਿੰਗ ਮਾਸਟਰਿੰਗ ਦਾ ਗਾਣਾ ਰੱਖਣੀ। ਥੈਂਕ ਯੂ, ਜੇ ਵੀਡੀਓ ਵਧੀਆ ਲੱਗੀ ਹੈ, ਕੁਝ ਸਿੱਖਣ ਨੂੰ ਮਿਲਿਆ ਹੋਇਆ। ਓਕੇ, ਬਾਏ ਬਾਏ, ਸੀ ਯੂ, ਟਾਟਾ।